ਹਮਦਰ ਬੀਚ। ਚਲੋ ਜੀ, ਜਿਹੜਾ ਵੀ ਬੀਚ ਹੀ ਆ ਹੈ ਜੀ, ਇਹਦਾ ਖੂਬਸੂਰਤ ਨਜ਼ਾਰਾ ਲੱਗ ਰਿਹਾ ਜੀ। ਤੇ ਮੇਰਾ ਖਿਆਲ ਹੈ ਪਿਛਲੇ ਪਾਸੇ ਤਸਵੀਰ ਚ ਸ਼ਾਇਦ ਤੁਹਾਨੂੰ, ਲੇਕਿਨ ਜ਼ੂਮ ਕਰਨਾ ਪੈਣਾ ਥੋੜਾ ਜਿਹਾ, ਬੁਰਜ ਖਲੀਫਾ ਸਾਹਿਬ ਵੀ ਨਜ਼ਰ ਆ ਰਿਹਾ ਹੈ ਜੀ। ਕਿਆ ਬਾਤ ਹੈ ਜੀ, ਲਓ ਜੀ ਬੀਚ ਦੇ ਉੱਤੇ ਨਾ ਚਾਏ ਦਾ ਟਾਈਮ ਹੋ ਗਿਆ। ਹਾਂਜੀ ਚਾਏ ਪੀ ਰਹੇ ਜੀ। ਹਾਂਜੀ ਇਹ ਪਾਪੜ ਜਿਹੜੇ ਅਸੀਂ ਬੱਚਿਆਂ ਨੂੰ ਕਹਿੰਦੇ ਹਾਂ ਯਾਰ ਆ ਪਾਪੜ ਨਹੀਂ ਖਾਣੇ, ਇਹ ਉਹ ਪਾਪੜ ਨੇ। ਬੱਚਿਆਂ ਨੂੰ ਖਾਣ ਤੋਂ ਮਨਾ ਨਹੀਂ ਕਰਦੇ ਅਸੀਂ, ਸਾਨੂੰ ਭਾਈ ਪਾਪੜ ਖਾ ਰਹੇ। ਕਿਆ ਬਾਤ ਹੈ, 200 ਦੇਖੋ ਕਿੱਡਾ ਪਿਆਰਾ ਸੀਨ ਨਜ਼ਰ ਆ ਰਿਹਾ ਪਿੱਛੇ ਹੈ ਜੀ। ਇਹ ਜਿਸ ਤਰ੍ਹਾਂ ਦਿਨ ਢਲਦਾ ਜਾ ਰਿਹਾ ਉਸੇ ਤਰ੍ਹਾਂ ਜਿਹੜਾ ਦਿਨ ਹਸੀਨ ਖੂਬਸੂਰਤ ਨਜ਼ਰ ਆ ਰਿਹਾ, ਜਿੱਦਾਂ ਪਿੱਛੇ ਬਿਲਡਿੰਗਾਂ ਤੁਹਾਨੂੰ ਨਜ਼ਰ ਆ ਰਹੀਆਂ ਹੋਣੀਆਂ ਕਿਸ ਤਰ੍ਹਾਂ, ਕਿਉਂਕਿ ਇਹ ਜਿਸ ਤਰ੍ਹਾਂ ਇੱਕ ਬਹੁਤ ਹੀ ਇੱਕ ਮਰੀਨਾ ਬ੍ਰਿਜ ਹੈਗਾ ਉਹ ਇਨਸ਼ਾਅੱਲਾ ਦੁਬਈ ਦੇ ਵਿੱਚ, ਉੱਥੋਂ ਲਾਵਾਂਗੇ। ਹੁਣ ਆਪਾਂ ਨਿਕਲਦੇ ਹਾਂ ਇਨਸ਼ਾਅੱਲਾ ਬੁਰਜ ਖਲੀਫਾ ਦੁਬਈ ਮਾਲ, ਹਰ ਪਾਸੇ ਜਿਹੜਾ ਨਾ ਇਹ ਵੀ ਤੁਹਾਨੂੰ ਅੱਜ ਦੀ ਵਲੌਗ ਦੇ ਵਿੱਚ। ਦੋਸਤੋ ਕਿੰਨਾ ਪਿਆਰਾ ਸੀਨ ਹੈਗਾ ਦੇਖੋ, ਸੂਰਜ ਦੇ ਗਰੂਬ ਹੋਣ ਦਾ। ਹਾਂਜੀ ਦੇਖੋ ਇਹ ਆ ਸਮੁੰਦਰ ਦੇ ਪਿੱਛੇ ਜਿਹੜਾ ਸੂਰਜ ਗਰੂਬ ਹੁੰਦਾ, ਸ਼ਾਇਦ ਬੁਰਜ ਖਲੀਫਾ ਲਾਗੇ ਲਿਆਵਾਂ ਤੁਹਾਨੂੰ, ਸ਼ਾਮ ਨੂੰ ਲੈ ਕੇ ਚੱਲਦੇ ਬੁਰਜ ਖਲੀਫਾ ਦੇ ਕੋਲ। ਹਾਂਜੀ ਆ ਬੁਰਜ ਖਲੀਫਾ ਵੇਖੋ ਨਾ, ਆ ਤੇਰੀ ਖੈਰ ਹੋ ਗਈ ਓਏ, ਲਾਈਟਾਂ ਚੱਲ ਪਈਆਂ ਇਹਦੇ ਤੇ ਇਸ਼ਾਰੇ, ਦੇਖੋ ਨਜ਼ਰ ਆਉਂਦੇ ਹੋਣੇ ਤੁਹਾਨੂੰ ਬੁਰਜ ਖਲੀਫਾ ਦੇ ਉੱਤੇ ਇਸ਼ਾਰੇ ਚੱਲ ਪਏ। ਹਾਂਜੀ ਤੇ ਇਹ ਆ ਕੁਦਰਤ ਵਾਲੇ ਦੇ ਨਜ਼ਾਰੇ ਜਿਹੜੇ ਸਮੁੰਦਰ ਤੇ, ਸੂਰਜ ਗਰੂਪ ਹੋ ਰਿਹਾ ਤੁਹਾਡੇ ਸਾਹਮਣੇ। ਸ਼ਾਮ ਨੂੰ ਤੁਹਾਨੂੰ ਬੁਰਜ ਖਲੀਫਾ ਦੁਬਈ ਮਾਲ ਹਰ ਚੀਜ਼ ਸਾਰਾ ਕੁਝ ਇਹ ਵੋ ਇਹ ਹਰ ਚੀਜ਼ ਦਿਖਾਵਾਂਗੇ। ਹਾਂਜੀ ਇਹ ਹੈ ਬੀਚ, ਆਹ।
ਲਓ ਜੀ ਦੋਸਤੋ ਵਿਹਲੇ ਨਿਕੰਮੇ ਲੋਕ ਦੀ ਐਂਡ ਖਾਣਾ ਸ਼ਾਣਾ ਖਾ ਕੇ ਫਾਰਗ ਹੋਏ ਸਭ ਦੁਬਈ ਦੇ ਵਿੱਚ ਮੰਗਣ ਵਾਲੇ ਅੱਲਾ ਹਾਫਿਜ਼ ਗੱਡੀ ਦੇ ਉੱਤੇ ਮੰਗ ਰਹੇ ਏਡੀ ਵੱਡੀ ਗੱਡੀ